ਇਹ ਜਿਹੜੀ ਕਮੇਟੀ ਬਣੀ ਹੈ ਸ਼ੋਣ ਕਮੇਟੀ ਬਣੀ ਹੈ ਦਿੱਲੀ ਕਮੇਟੀ ਬਣੀ ਹੈ ਪਟਨਾ ਸਾਹਿਬ ਕਮੇਟੀ ਬਣੀ ਹੈ ਅਜੂਰਸਾ ਬਣੀ ਹੈ Rajasthan ਦੇ ਵਿੱਚ ਐਕਟ ਤੇ ਮੈਂ ਬਣ ਗਿਆ ਬਨੈਰੀ ਸਮਝਾਰੇ ਉਹਦੀਆਂ ਸਿੰਘ ਸਭਾ ਪਤਾ ਨਹੀਂ ਪ੍ਰਾਈਵੇਟ ਹੈ ਗਿਆ ਕਿਸੇ ਨੂੰ ਮੰਨਦੀਆਂ ਨਹੀਂ ਮੰਨਦੀਆਂ ਮੰਨਤਾ ਦਿੰਦੀਆਂ ਨਹੀਂ ਦਿੰਦੀਆਂ ਜਿਸ ਤਰ੍ਹਾਂ ਕਮੇਟੀ ਨੇ ਕੰਮ ਕੀਤਾ ਹੈ ਪਰ ਜਿਸ ਤਰ੍ਹਾਂ ਹੁਣ ਨਾਮਿਨੇਟ ਹੋਈ ਹੈ ਇਹ ਤਾਂ ਫੇਲ ਹੋ ਗਈ ਬਿਲਕੁਲ ਹਰਿਆਣਾ ਦੀ ਜੇ ਸਰਕਾਰ ਚਾਹਦੀ ਹੈ ਕਿ ਇਹ ਸਿੱਖਾਂ ਦੀਆਂ ਗੁਰਦੁਆਰਾ ਬੰਦਰ ਕਮੇਟੀਆਂ ਬਣਨ ਤਾਂ ਬਣਾਉਣ ਉੱਥੇ ਜਿੱਥੇ ਇਤਿਹਾਸਾ ਗੁਰਦੁਆਰੇ ਜਿਹੜੇ ਹੁਣ ਦੇ ਐਕਟ ਹੈਗੇ 80 ਸਾਲ ਪੁਰਾਣੇ ਸਰਕਾਰ ਵੱਲੋਂ ਅੰਗਰੇਜ਼ਾਂ ਵੱਲੋਂ ਬਣਾਏ ਗਏ ਉਸ ਐਕਟ ਦੇ ਕੋਈ ਹੁਕਮਤ ਹੈ ਨਹੀਂ ਪਤਾ ਨਹੀਂ ਲੰਗਾ ਕਿ ਰਾ ਕਿਸੋਤ ਹੈ ਕੀ ਨਹੀਂ ਜਿਸ ਤਰੀਕੇ ਨਾਲ ਹਰਿਆਣਾ ਦੇ ਵਿੱਚ ਅਲੱਗ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਸੇ ਤਰੀਕੇ ਦੇ ਨਾਲ ਹੁਣ ਕਿਹਾ ਜਾ ਰਿਹਾ ਮੰਗ ਉੱਠ ਰਹੀ ਹੈ ਕਿ ਰਾਜਸਥਾਨ ਦੇ ਵਿੱਚ ਵੀ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਅਲੱਗ ਤੋਂ ਬਣਨੀ ਚਾਹੀਦੀ ਹੈ ਇਸ ਬਾਬਤ ਸਰਨਾ ਗੱਲ ਕਰਨ ਲਈ ਸ਼੍ਰੋਮਣੀ ਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਮੌਜੂਦ ਨੇ ਸੋ ਸਰਨਾ ਸਾਹਿਬ ਕਿੱਦਾਂ ਵੇਖੀ ਕਿ ਜਿਹੜੀ ਹੁਣ ਮੰਗ ਉੱਠ ਰਹੀ ਹੈ ਖਾਸ ਕਰਕੇ ਰਾਜਸਥਾਨ ਦੇ ਵਿੱਚ ਅਲੱਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ ਕਿੱਦਾਂ ਦੇਖਿਆ ਜਾਵੇ ਉਸ ਸੀ ਨੂੰ ਉਸ ਮੰਗ ਨੂੰ ਕਿੱਦਾਂ ਵੇਖਿਆ ਜਾਵੇ ਕਿ ਰਾਜਸਥਾਨ ਦੇ ਵਿੱਚ ਮਨ ਨੂੰ ਨੇ ਇਸ ਵਕਤ ਤੱਕ ਧਿਆਨ ਆ ਰਿਹਾ ਕਿ ਗੁਰੂ ਸਬਾਨ ਨੇ ਰਾਜਸਥਾਨ ਦੇ ਵਿੱਚ ਗਏ ਹੋਣ ਉੱਥੇ ਕੋਈ ਉਹਨਾਂ ਦੀਆਂ ਨਿਸ਼ਾਨੀਆਂ ਹੋਣ ਇਹ ਜਿਹੜੀ ਕਮੇਟੀ ਬਣੀ ਹੈ ਛੋਣੀ ਕਮੇਟੀ ਬਣੀ ਹੈ ਦਿੱਲੀ ਕਮੇਟੀ ਬਣੀ ਹੈ ਪਟਨਾ ਸਾਹਿਬ ਕਮੇਟੀ ਬਣੀ ਹੈ ਅਜੂਰ ਸਾਹਿਬ ਬਣੀ ਹੈ ਜੀ ਇਹ ਸਾਰੇ ਇਤਿਹਾਸਕ ਗੁਰਦੁਆਰੇ ਜਿਹੜੇ ਸਨ ਜਿਵੇਂ ਦਿੱਲੀ ਦੇ ਵਿੱਚ ਇੱਕ ਕੰਪੈਕਟ 12 ਇਤਿਹਾਸਕ ਗੁਰਦੁਆਰੇ ਸਨ ਹੋਰ ਵਿਦਿਅਕ ਅਦਾਰੇ ਸਨ ਤਾਂ ਉਹ ਇੱਕ ਕਮੇਟੀ ਬਣਦੀ ਸੀ ਉਹਦੇ ਲੜਾਈ ਝਗੜਾ ਹੁੰਦਾ ਸੀ ਤੇ ਉਹਨਾਂ ਨੇ ਐਕਟ ਬਣਾਤਾ ਜੀ Rajasthan ਦੇ ਵਿੱਚ ਐਕਟ ਕਿਵੇਂ ਬਣਾਉਣਗੇ ਬੰਦੇ ਨਹੀਂ ਸਮਝ ਆ ਰਹੀ ਉਹਦੀਆਂ ਸਿੰਘ ਸਭਾਵਾਂ ਪਤਾ ਨਹੀਂ ਪ੍ਰਾਈਵੇਟ ਆ ਕਿ ਕਿਸੇ ਨੂੰ ਮੰਨਦੀਆਂ ਨਹੀਂ ਮੰਨਦੀਆਂ ਮੰਨਤਾ ਦਿੰਦੀਆਂ ਨਹੀਂ ਦਿੰਦੀਆਂ ਇਸ ਵਾਸਤੇ Rajasthan ਦੇ ਵਿੱਚ ਬਣਾਣੀ ਜੜੀ ਹੈ ਕੀ ਮੈਨੂੰ ਓਕੇ ਗੱਲ ਲੱਗਦੀ ਹੈ ਹਰਿਆਣਾ ਦੇ ਵਿੱਚ ਐਕਸਪੀਰੀਅੰਸ ਹੋਇਆ ਹੈ ਪਰ ਮੈਂ ਸਮਝਦਾ ਕਿ ਪਿਛਲੇ 8 ਸਾਲਾਂ ਦੇ ਵਿੱਚ ਜਿਸ ਤਰ੍ਹਾਂ ਕਮੇਟੀ ਨੇ ਕੰਮ ਕੀਤਾ ਹੈ ਔਰ ਜਿਸ ਤਰ੍ਹਾਂ ਹੁਣ ਡੋਮੀਨੇਟ ਹੋਈ ਹੈ ਇਹ ਤਾਂ ਫੇਲ ਹੋ ਗਈ ਹੈ ਬਿਲਕੁਲ ਹਰਿਆਣਾ ਕਮੇਟੀ ਇਹ ਜਦ ਤੱਕ ਵਾਪਸ ਸ਼ਰੋਣੀ ਕਮੇਟੀ ਕੋਲ ਨਹੀਂ ਆਏਗੀ ਤਦ ਤੱਕ ਹਰਿਆਣਾ ਦੇ ਸਿੱਖਾਂ ਦਾ ਗੁਰਦੁਆਰਾ ਨਿਜ਼ਾਮ ਮੇਜ ਪ੍ਰਬੰਧ ਵਿੱਚ ਕੋਈ ਸਹੀ ਇਸੇਦਾਰੀ ਨਹੀਂ ਹੋਣ ਲਗੀ ਜੇ ਸਰਕਾਰ ਚਾਹਦੀ ਹੈ ਕਿ ਸਿੱਖਾਂ ਦੀਆਂ ਗੁਰਦੁਆਰਾ ਪੰਧਕ ਕਮੇਟੀਆਂ ਬਣਨ ਤਾਂ ਬਣਾਉਣ ਉੱਥੇ ਜਿੱਥੇ ਇਤਿਹਾਸਾ ਗੁਰਦੁਆਰੇ ਨੇ ਜੀ ਜਿਵੇਂ ਇਹਨਾਂ 1.5 ਸਾਲ ਉੱਤੇ ਡੈਮੋਕ੍ਰੈਟਿਕ ਤਰੀਕੇ ਨਾਲ ਐਕਟ ਬਣਾ ਕੇ ਉੱਤੇ ਕਮੇਟੀ ਬਣਾਈ ਜਾਏ ਜਿਹੜੇ ਹੁਣ ਦੇ ਐਕਟ ਹੈਗੇ 80 ਸਾਲ ਪੁਰਾਣੇ ਸਰਕਾਰ ਵੱਲੋਂ ਅੰਗਰੇਜ਼ਾਂ ਵੱਲੋਂ ਬਣਾਏ ਗਏ ਉਸ ਐਕਟ ਦੇ ਕੋਈ ਵਕਤ ਹੈ ਨਹੀਂ ਪਤਾ ਨਹੀਂ ਲੱਗਦਾ ਕਿਹੜਾ ਕਿਸ ਵਕਤ ਹੈ ਕੀ ਨਹੀਂ ਹੈ ਬਰਾਬਰ ਇਲੈਕਸ਼ਨ ਹੋਣੀ ਚਾਹੀਦੀ ਹੈ ਔਰ ਇਦੀ ਹੱਦ ਖਾਲੀ ਨਦੇੜੇ ਤੱਕ ਨਹੀਂ ਰਹਿਣੀ ਚਾਹੀਦੀ ਇਹ ਮਹਾਰਾਸ਼ਟਰ ਆਦੇਸ਼ ਵਿੱਚ ਲਗ ਲਗ ਸਿੱਕਾਂ ਦੇ ਹਲਕਿਆਂ ਦੇ ਵਿੱਚ ਭਾਵੇਂ ਵੱਡੀ ਇਲਕਿਆਂ ਸਿੱਕਾਂ ਦੀਆਂ ਕੰਬਾਈਨ ਕਰਕੇ ਵੋਟਾਂ ਪਾਣ ਇੱਕ ਜਿਸ ਤਰ੍ਹਾਂ ਦਿੱਲੀ ਕਮੇਟੀ ਦਾ ਐਕਟ ਹੈ ਜਿਸ ਤਰ੍ਹਾਂ ਸ਼ੌਣੀ ਕਮੇਟੀ ਦਾ ਐਕਟ ਹੈ ਉਸ ਹਸਾਬ ਸਰ ਨੇਦੇੜ ਦਾ ਐਕਟ ਹੋਣਾ ਚਾਹੀਦਾ ਹੈ ਔਰ ਉਸ ਦੀ ਅਪਰੂਵਲ ਜਦ ਐਕਟ ਬਣੇ ਸ਼ੌਣੀ ਕਮੇਟੀ ਤੱਕ ਕਾਲ ਤੱਕ ਕੋਲੋਂ ਲੈਣੀ ਸਰਕਾਰ ਦਾ ਫਰਜ਼ ਆਗਾ ਇਸੇ ਤਰ੍ਹਾਂ ਪਟਨਾ ਸਾਹਿਬ ਕਮੇਟੀ ਦਾ ਵੀ ਹਾਲ ਹੈਗਾ ਐਕਟ ਬਣਤਾ ਹੈਗਾ ਹਰ ਰੋ ਲੜਾਈ ਚੁਕੜਨ ਫਿਰ ਉਹਦਾ ਕਰਤਾ ਧਰਤਾ ਔਰ ਡਿਸਟ੍ਰਿਕਟ ਮੈਜਿਸਟ੍ਰੇਟ ਹੈਗਾ ਪਟਨਾ ਸਾਹਿਬ ਦਾ ਜਿਹੜੇ ਗਲਤ ਆ ਗਈ ਤੇ ਉਹ ਐਕਟ ਉਸ ਸਾਫ ਸਿਰ ਉਹਨਾਂ ਨੇ ਬਣਾਵਨ ਜਿਸ ਤਰ੍ਹਾਂ ਦਿੱਲੀ ਕਮੇਟੀ ਹੈ ਜਿਵੇਂ ਇਸ ਤਰ੍ਹਾਂ ਬਣਾਵਨ ਤੇ ਉਹਦੀ ਅਪਰੂਵਲ ਜਿਹੜੀ ਹੈਗੀ ਦੋਹਾਂ ਕਮੇਟੀਆਂ ਦੀ ਪਹਿਲੇ ਇਹਨਾਂ ਕੋਲ ਲੈਣੀ ਚਾਹੀਣੀ ਕਮੇਟੀ ਤੇ ਕਾਲ ਤੱਕ ਤੋਂ ਲੈਣੀ ਜ਼ਰੂਰੀ ਹੈ ਹਾਂ ਅਗਰ ਸਰਕਾਰ ਬਣਾਣਾ ਚਾਹਦੀ ਹੈ ਕਿਉਂਕਿ ਯੂਪੀ ਦੇ ਵਿੱਚ ਇਤਿਹਾਸਕ ਗੁਰਦੁਆਰੇ ਬਹੁਤ ਨੇ ਜੀ ਉੱਥੇ ਕਈ ਗੁਰਦੁਆਰਿਆਂ ਦੇ ਵਿੱਚ ਤਾਂ ਜਿਹੜੇ ਮੰਨਤਾ ਹੈਗੇ ਉਹਨਾਂ ਨੇ ਕਬਜ਼ਾ ਕੀਤਾ ਕੋਈ ਸੰਤ ਉਹਨੇ ਕਬਜ਼ਾ ਕੀਤਾ ਆਇਆ ਤੇ ਉਹ ਸਿੱਖਾਂ ਕੋਲ ਤਾਂ ਆਏਗਾ ਪ੍ਰਬੰਧ ਜੇ ਉੱਥੇ ਐਕਟ ਬਣੇਗਾ ਇਸ ਵਾਸਤੇ ਇਸ ਕੁ ਜਿਹੜਾ ਚੀਮ ਮਿਨਿਸਟਰ ਹੈ ਯੂਪੀ ਦਾ ਉਹ ਤਕੜਾ ਬੰਦਾ ਹੈ ਤੇ ਉਹਨੂੰ ਚਾਹੀਦਾ ਹੈ ਸ਼ੌਣੀ ਕਮੇਟੀ ਦੇ ਨਾਲ ਮਿਲ ਕੇ ਅਗਰ ਉਹ ਚੰਦਨ ਭਾਈ ਸਿੱਖੋ ਨਾਲ ਜੋੜਨ ਤਾਂ ਉਹਨਾਂ ਨੂੰ ਯੂਪੀ ਸਿੱਖ ਗੁਰਦੁਆਰਾ ਪੰਧ ਕਮੇਟੀ ਬਣਾਉਣੀ ਚਾਹੀਦੀ ਹੈ ਅਰ ਜਿਸ ਹਿਸਾਬ ਨਾਲ ਜੇਕਰ ਗੱਲ ਕਰੀ ਐਸਪੀਸੀ ਦੇ ਪ੍ਰਧਾਨ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਨੇ ਕਿ ਸ਼ਾਇਦ ਇਹ ਜਿਹੜਾ ਹੈ ਜੇ ਇਹ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਹੈ ਇੰਟਰਵੈਨ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਐਸਜੀਪੀਸੀ ਨੂੰ ਤੋੜਨਾ ਚਾਹੁੰਦੇ ਆ ਇਹੋ ਜਿਹੇ ਬਿਆਨ ਸਾਹਮਣੇ ਦੇ ਉਹਨੂੰ ਕਿੱਦਾਂ ਦੇਖੀਏ ਗੱਲ ਹੈ ਗਈ ਜੀ ਸ਼ਮਨੀ ਗੁਰਦੁਆਰਾ ਆਪਣਾ ਦਾ ਕਮੇਟੀ ਦਾ ਘੇਰਾ ਜਿਹੜਾ ਸੀ ਨਾ ਜੀ ਉਹ ਐਪਟਾਬਾਦ ਤੋਂ ਲੈ ਕੇ ਤੇ ਪਲਵਲ ਤੱਕ ਸੀ ਔਰ ਉਹਦੇ ਵਿੱਚ ਹਰਿਆਣਾ ਦੇ ਜਿਹੜੇ ਕਮੇਟੀ ਬਣੀ ਜੀ ਪਹਿਲੇ ਪਾਕਿਸਤਾਨ ਬਣ ਗਿਆ ਜੀ ਉਹ ਗੁਰਦੁਆਰੇ ਸਾਡੇ ਕੋਲ ਖੁੱਸ ਗਏ ਜੀ ਫਿਰ ਉਸ ਤੋਂ ਬਾਅਦ ਹਰਿਆਣਾ ਬਣਿਆ ਤੇ ਉਹਦੇ 40 50 ਸਾਲ ਬਾਅਦ ਉਹਨਾਂ ਨੇ ਉਹਦਾ ਐਕਟ ਬਣਾਇਆ ਜੀ ਜਿਹੜਾ ਬਿਲਕੁਲ ਫੇਲ ਹੋ ਗਿਆ ਜੀ ਤੇ ਸ਼ੋਣੀ ਕਮੇਟੀ ਦਾ ਗੁਰਦੁਆਰੇ ਉੱਤੇ ਪਰ ਦਾਇਰਾ ਜਿਹੜਾ ਨਾ ਉਹ ਕਟਿਆਗਾ ਹੂੰ ਤੇ ਪ੍ਰਧਾਨ ਸਾਹਿਬ ਨੂੰ ਚਿੰਤਾ ਹੈਗੀ ਪਰ ਪ੍ਰਧਾਨ ਸਾਹਿਬ ਨੂੰ ਮੈਂ ਸਮਝਦਾ ਮੈਨੂੰ ਪਤਾ ਉਹਨਾਂ ਨੇ ਉਨਾ ਕੋਲ ਕੀ ਸਵਾਲ ਪੁੱਛਿਆ ਤੇ ਉਹਨਾਂ ਕੀ ਜਵਾਬ ਦਿੱਤਾ ਮੈਂ ਇੰਟਰਵਿਊ ਦੇਖਿਆ ਪਰ ਰਾਜਸਥਾਨ ਵਿੱਚ ਕੋਈ ਐਫੀਲੀਏਸ਼ਨ ਸੋਣੀ ਗੁਦਾਰਾ ਪੰਦਰ ਕਮੇਟੀ ਦੀ ਨਹੀਂ ਹੈਗੀ ਜੇ ਐਫੀਲੀਏਸ਼ਨ ਹੈ ਫਿਰ ਉਹ ਸੋਣੀ ਕਮੇਟੀ ਤੋਂ ਪੁੱਛਵਾਰ ਉਹਨਾਂ ਨੂੰ ਖਤਮ ਨਹੀਂ ਕਰਨੀ ਚਾਹੀਦੀ ਪ੍ਰਧਾਨ ਸਾਹਿਬ ਠੀਕ ਕਹਿੰਦੇ ਬਿਲਕੁਲ ਪਰ ਜੇ ਸਰਕਾਰ ਚਾਹਦੀ ਹੈ ਤਾਂ ਤਿੰਨ ਪ੍ਰਬੰਧਕ ਕਮੇਟੀਆਂ ਬਣਾਵਣ ਜਿੱਥੇ ਅੱਜ ਕਈ ਸਸਤਾਵਾਂ ਕੈਪਚਰ ਕੀਤੀਆਂ ਹੋਈਆਂ ਜੀ ਹਾਂਜੀ ਕੋਈ ਯੂਪੀ ਦੇ ਵਿੱਚ ਕਈ ਸੰਤਮਤ ਬੈਠ ਕੇ ਬੈਠ ਕੇ ਉਤਾਰ ਪਟਨਾ ਸਾਹਿਬ ਵਿੱਚ ਔਰ ਡਿਪਸੀਕ ਮੈਜਿਸਟਰੇਟ ਜਿਹੜਾ ਹੈ ਉਹ ਮਾਲਕ ਹੈ ਇਹਨਾਂ ਦੇ ਅੰਦਰ ਦੇ ਵਿੱਚ ਵੀ ਗਵਰਨਮੈਂਟ ਕੋਲ ਪੂਰੀ ਪਾਵਰ ਹੈ ਜਦ ਮਰਜੀ ਤੋੜ ਦੇ ਦੰਦੋ ਕਰਦੇ ਹੋਏ ਉਹਨਾਂ ਦੀ ਸੇਫਗਾਰਡ ਲਈ ਔਰ ਉਹਨਾਂ ਗੁਰਦੁਆਰਿਆਂ ਦੇ ਵਿੱਚ ਅਕਾਲ ਤਖਤ ਦੀ ਮਰਿਆਦਾ ਔਰ ਪਰੰਪਰਾਵਾਂ ਲਾਗੂ ਹਵਾਣ ਇੱਦੇ ਲਈ ਕਮੇਟੀਆਂ ਬਣਾਉਣੀਆਂ ਬਹੁਤ ਜ਼ਰੂਰੀ ਸਭ ਤੋਂ ਹਰ ਇੱਕ ਦੇ ਆਪਣੀ ਆਪਣੀ ਮਰਿਆਦਾ ਹੈ ਬਿਲਕੁਲ ਅਸੀਂ ਚਾਹੁੰਦੇ ਹਾਂ ਬਈ ਜਿਹੜੀ ਕਾਲ ਤਖਤ ਦੀ ਮਰਿਆਦਾ ਹੈਗੀ ਉਦੀ ਯੂਨੀਫਾਰਮਿਟੀ ਹੋਣੀ ਚਾਹੀਦੀ ਔਰ ਸਾਰੇ ਹਿੰਦੁਸਤਾਨ ਦੇ ਗੁਰਦੁਆਰਿਆਂ ਵਿੱਚ ਉਹ ਲਾਗੂ ਹੋਣੀ ਚਾਹੀਦੀ ਹੈ ਜਿਹਦੇ ਲਈ ਪ੍ਰਬੰਧਕ ਕਮੇਟੀਆਂ ਜਿੱਥੇ ਇਤਿਹਾਸਕ ਗੁਰਦੁਆਰੇ ਹਨ ਉਹ ਬਣਨੀ ਚਾਹੀਦੀ ਹੈ ਤੁਸੀਂ ਬਾਅਦ ਬਾਰ ਜ਼ਿਕਰ ਕੀਤਾ ਹਰਿਆਣਾ ਦੇ ਵਿੱਚ ਜਿਹੜੀ ਨਵੀਂ ਗੁਰਦੁਆਰਾ ਕਮੇਟੀ ਬਣੀ ਹੈ ਬੀਤੇ ਦਿਨ ਉਹਦੇ ਚੋਣਾਂ ਵੀ ਹੋਈਆਂ ਗੱਲ ਕਰੀਏ ਦਾਦੂਵਾਲ ਦੀ ਤਾਂ ਦਾਦੂਵਾਲ ਜਿਹੜੇ ਸੀਗੇ ਉਹ ਇੱਕ ਪਾਸੇ ਹੋ ਗਏ ਚਿੰਦਾ ਸਾਹਿਬ ਛੱਡ ਕੇ ਚਲੇ ਗਏ ਫਿਰ ਹੁਣ ਕੀ ਲੱਗਦਾ ਕਿ ਜਿਹੜੀ ਹਰਿਆਣਾ ਦੀ ਨਵੀਂ ਕਮੇਟੀ ਬਣੀ ਹੈ ਉਸ ਦਾ ਹਾਲ ਕੀ ਹੈ ਕਿਉਂਕਿ ਕਿਤੇ ਨਾ ਕਿਤੇ ਸਵਾਲ ਤਾਂ ਇਸ ਕਮੇਟੀ ਤੇ ਵੀ ਹੁਣ ਚੱਕੇ ਜਾ ਰਹੇ ਨੇ ਪਹਿਲੇ ਭੋਪਿੰਦਰ ਸਿੰਘ ਉੱਡਾ ਸੀ ਉਹਨੇ ਨਾਮਿਨੇਟ ਕੀਤੇ ਸਨ 41 ਬੰਦੇ ਜੀ ਆ ਚੀਫ ਮਿਨਿਸਟਰ ਹੈਗੇ ਮਨੋਰਾਲਲ ਕਟੜਾ ਉਹਨਾਂ ਨੇ 38 ਕਰਤੇ ਹਨ ਚਲੋ ਰਲ ਮਿਲ ਕੇ ਉਹਨਾਂ ਨੇ ਦਾਦੂਵਾਲ ਨੂੰ ਪ੍ਰਧਾਨ ਬਣਾਇਆ ਪਰ ਉਹਨਾਂ ਨੂੰ ਦਾਦੂਵਾਲ ਤੋਂ ਵੱਡਾ ਬੰਦਾ ਉਹਨਾਂ ਦਾ ਖੈਰਖਾ ਮਿਲ ਗਿਆ ਤੇ ਉਹਨਾਂ ਨੇ ਉਸ ਨੂੰ ਬਣਾਤਾ ਇਸ ਵਾਸਤੇ ਅਸੀਂ ਚਾਹਦੇ ਹਾਂ ਵੀ ਜੇ ਹਰਿਆਣਾ ਕਮੇਟੀ ਕਾਲੀ ਗੱਲ ਤੇ ਆਗੇ ਗਏਗੇ ਸ਼ੋਣੀ ਕਮੇਟੀ ਦੇ ਵਿੱਚ ਜਿਹੜੀ ਲੱਕ ਕੀਤੀ ਉਸੇ ਉਦੇਸ਼ ਮਾਰਚ ਕਰਦੇ ਹੋ ਪਰ ਜੇ ਨਹੀਂ ਕਰਨੀ ਤਾਂ ਉਹਨਾਂ ਦੀਆਂ ਚੋਣਾਂ ਕਰਾਓ ਤਾਂ ਕਿ ਸਹੀ ਜਿਹੜੇ ਸਿੱਖਾਂ ਦੇ ਨਮੈਂਦੇ ਹੈਗੇ ਉਹਨਾਂ ਕੋਲ ਪ੍ਰਬੰਧ ਆ ਸਕੇ ਤੁਸੀਂ ਮੰਨਦੇ ਹੋ ਕਿ ਜਿਹੜੇ ਨਮੈਂਦੇ ਹੁਣ ਚੁਣੇਗੇ ਉਹ ਸਹੀ ਨਹੀਂ ਹੈ ਬਿਲਕੁਲ ਨਹੀਂ ਸਹੀ ਹੈਗੇ ਬਿਲਕੁਲ ਨਹੀਂ ਸਹੀ ਹੈਗੇ ਨਮੈਂਦੇ ਸਰਕਾਰ ਦੇ ਨਾਮਿਨੇਸ਼ਨ ਜਿਹੜੀ ਹੋਏਗੀ ਨਾਮਿਨੇਟਡ ਹੋਣਗੇ ਉਹ ਸਿੱਖਾਂ ਨੂੰ ਕਿਵੇਂ ਰਿਪਰਜ਼ੈਂਟ ਕਰਨਗੇ ਉਹਨਾਂ ਨੇ ਹਰ ਕੰਮ ਉਹ ਕਰਨਾ ਜੋ ਸਰਕਾਰ ਚਾਹਦੀ ਹੈ ਜੋ ਸਰਕਾਰ ਦਾ ਇਸ਼ਾਰਾ ਮਿਲਦਾ ਹੈ ਹੁਣ ਸਰਕਾਰ ਦਾ ਇਸ਼ਾਰਾ ਸਮਝਣ ਵਾਲਾ ਦਾਦੂ ਵਾਲ ਤੋਂ ਵੱਡਾ ਬੰਦਾ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਉਹਨੂੰ ਬਣਾਤਾ ਇਹ ਕਿੱਥੋਂ ਦੀ ਗੱਲ ਹੈ ਜੇ ਇਹ ਸਰਕਾਰ ਸਹੀ ਹੁੰਦੀ ਤੇ ਕਹਿੰਦੀ ਜੀ ਢੀਂਡਾ ਜਿਹਨੇ ਹਰਿਆਣਾ ਕਮੇਟੀ ਦੀ ਮੰਗ ਕੀਤੀ ਅਸੀਂ ਉਹਨੂੰ ਪ੍ਰਧਾਨ ਬਣਾਉਂਦੇ ਆ ਜੀ ਇਸ ਵਾਸਤੇ ਇਹਦੇ ਵਿੱਚ ਇਹ ਖਲਾ ਹੈ ਹਰਿਆਣਾ ਕਮੇਟੀ ਸਰਕਾਰ ਨੂੰ ਚਾਹੀਦਾ ਹੈ ਹਰਿਆਣਾ ਸਰਕਾਰ ਨੂੰ ਕਿ ਉੱਥੇ ਚੋਣਾ ਕਰਾਵੇ ਨਹੀਂ ਤਾਂ ਇਹ ਸੋਣੀ ਗੁਰਦਾਰਾ ਪੰਦ ਕਮੇਟੀ 'ਚ ਜਿਹੜੀ ਲਾਗੋ ਯੁੱਧ ਹੈ ਜਮਾਰਚ ਕਰ ਰਿਹਾ ਹੈ। ਹਲਾ ਤੁਸੀਂ ਪਟਨਾ ਸਾਹਿਬ ਦਾ ਵੀ ਜ਼ਿਕਰ ਕੀਤਾ ਪਰ ਉੱਥੇ ਵੀ ਹਾਲਾਤ ਨੂੰ ਕਾਫੀ ਜਿਹੜੇ ਤਣਾਅਪੂਰਨ ਬਣੇ ਹੋਏ ਨੇ ਫਿਰ ਉਹਨੂੰ ਕਿੱਦਾਂ ਦੇਖਿਓ ਉਹਨਾਂ ਹਾਲਾਤਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਸਵਾਲ ਉੱਥੇ ਵੀ ਖੜੇ ਹੁੰਦੇ ਪਏ ਨੇ। ਗੱਲ ਆ ਗਈ। ਸਭ ਤੋਂ ਪਹਿਲਾਂ ਇਹ ਗੱਲ ਤੇ ਆ ਗਈ। ਜੀ। ਭਾਵੇਂ ਪਟਨਾ ਸਾਹਿਬ ਕਮੇਟੀ ਹੈ, ਪ੍ਰਬੰਧ ਹੈ। ਜੀ। ਭਾਵੇਂ ਨਾ ਦੇੜ ਦੇਣ। ਜੀ। ਹਜ਼ੂਰ ਸਾਹਿਬ ਦਾ। ਜੀ। ਇੰਨਾ ਸਾਰਿਆਂ ਨੂੰ ਸਿੱਖ ਮਰਿਆਦਾ ਤੇ ਪਰੰਪਰਾਵਾਂ ਅਨੁਸਾਰ ਪ੍ਰਬੰਧ ਕਰਨ ਲਈ ਪਰੰਬੰਦਕ ਕਮੇਟੀ ਦੀ ਲੋੜ ਹੈ ਗਿਆ ਕਿਉਂਕਿ ਇਹ ਬਹੁਤ ਇਤਿਹਾਸਕ ਥਾਨ ਹੈ ਗਿਆ ਦਸਮ ਪਾਤਸ਼ਾਹ ਦੇ ਪ੍ਰਕਾਸ਼ ਉਤਸਵ ਦਾ ਥਾਨ ਹੈ ਉੱਥੇ ਜੋਤੀ ਜੋਤ ਸਮਾਣ ਦਾ ਪੁਰਾ ਹੈਗਾ ਜੀ ਔਰ ਅੱਜ ਇਹ ਜਿਹੜੀਆਂ ਲਗ ਲਗ ਪਰੰਪਰਾਵਾਂ ਚੱਲ ਰਹੀਆਂ ਨੇ ਜਿਹੜੇ ਸਾਡੇ ਨੌਜਵਾਨ ਬੱਚੇ ਬਾਹਰੋਂ ਆਂਦੇ ਨੇ ਔਰ ਆਣ ਹੁੰਦਣ ਭਈ ਇਹ ਤੇ ਮर्यादा ਨਹੀਂ ਹੈ ਸਿੱਖਾਂ ਦੀ ਤੇ ਇਹ ਕੀ ਕਰ ਰਹੇ ਨੇ ਬਿਲਕੁਲ ਇਹਨਾਂ ਨੇ ਤੇ ਮੰਦਰਾਕਣ ਪੂਜਾ ਕਰਦੇ ਪੈਨ ਇਸ ਲਈ ਇਹ ਕਮੇਟੀਆਂ ਬਣਨੀਆਂ ਚਾਹੀਦੀਆਂ ਪਰ ਬੰਦ ਮਹਾਰਾਸ਼ਟਰ ਦੇ ਸਿੱਖਾਂ ਕੋਲ ਆਉਣਾ ਚਾਹੀਦਾ ਹੈ ਉਹਨਾਂ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਵਿੱਚ ਨਾਮਿਨੇਸ਼ਨ ਜਿਹੜੀ ਹੈ ਜਿਵੇਂ ਅੱਜ ਪਾਰਲੀਮੈਂਟ ਦੇ ਮੈਂਬਰਾਂ ਦੀ ਨਾਮਿਨੇਸ਼ਨ ਹੈ ਉਹ ਸ਼ੋਮਣੀ ਗੁਰਦੁਆਰਾ ਪੰਦ ਕਮੇਟੀ ਦੀ ਨਾਮਿਨੇਸ਼ਨ ਹੋਇਆ ਹੈ ਉਹਦਾ ਪ੍ਰਧਾਨ ਉਹਦਾ ਸਕੱਤਰ ਮਸਟ ਬੀ ਮੈਂਬਰ ਐਂਡ ਪਲੱਸ 2 ਅਦਰ ਮੈਂਬਰਸ ਇਹ ਨਾਮਿਨੇਟ ਹੋਣੇ ਚਾਹੀਦੇ ਨੇ ਤੀਸਰੀ ਗੱਲ ਹੈਗੀ ਕਿ ਇਹ ਸਾਰੀਆਂ ਕਮੇਟੀਆਂ ਤਾਂ ਜ਼ਰੂਰੀ ਨੇ ਕਿ ਅਕਾਦ ਤੱਕ ਦੀ ਮर्यादा ਜਿਹੜੀ ਪ੍ਰਵਾਨ ਹੋਈ ਹੋਈ ਹੈ ਉਸ ਦੇ ਮੁਤਾਬਕ ਇਹ ਸਾਰਾ ਪ੍ਰਬੰਧ ਤੇ ਮर्यादा ਪਰੰਪਰਾਵਾਂ ਅਨੁਸਾਰ ਪਰਬੰਧ ਕਰਨ ਇਸ ਲਈ ਇਹਨਾਂ ਦੀਆਂ ਕਮੇਟੀਆਂ ਬਣਾਉਣੀਆਂ ਜ਼ਰੂਰੀ ਹਨ ਤਾਂ ਕਿ ਸਾਰੇ ਦੁਨੀਆਂ ਦੇ ਅਕਾਲ ਤਖਤ ਦੇ ਮर्याਦਾ ਅਨੁਸਾਰ ਪ੍ਰਬੰਧ ਹੋ ਸਕੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੰਚਨਾਲ ਪਰਮਜੀਤ ਸਿੰਘ ਸਰਨਾ ਜੋ ਕਿਸੇ ਤਰ੍ਹਾਂ ਦੇ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਖਾਸ ਕਰਕੇ ਜੇ ਰਾਜਸਥਾਨ ਦੀ ਜਿਹੜੀ ਮੰਗ ਹੋ ਰਹੀ ਆ ਉਹਦੇ ਉੱਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਰਾਜਸਥਾਨ ਦੇ ਵਿੱਚ ਕੋਈ ਅਜਿਹਾ ਇਤਿਹਾਸਿਕ ਗੁਰਦੁਆਰਾ ਨਹੀਂ ਹੈ ਜਿਸ ਦੇ ਉੱਤੇ ਮੰਗ ਰੱਖੀ ਜਾਵੇ ਸਿੱਕਦੇ ਨੇ ਕਿਤੇ ਉਹ ਮੰਗ ਜਿਹੜੀ ਉਸ ਨੂੰ ਬੇਬੁਨਿਆਦ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਨਾਲ ਹੋਰ ਵੀ ਜਿਹੜੇ ਥਾਵਾਂ ਦੀ ਗੱਲ ਕੀਤੀ ਜਾਵੇ ਜਿਵੇਂ ਪਟਨਾ ਸਾਹਿਬ ਦੀ ਗੱਲ ਕੀਤੀ ਜਾਵੇ ਉਸ ਉੱਤੇ ਸਿੱਧੇ ਤੌਰ ਤੇ ਬੋਲਦੇ ਨਜ਼ਰ ਆਏ ਨੇ ਕਿ ਕਮੇਟੀ ਬਣਨੀ ਉੱਥੇ ਬੇहद ਜ਼ਰੂਰੀ ਹੈ ਤਾਂ ਕਿ ਜਿਹੜੀਆਂ ਮर्याਦਾ ਜਿਹੜੀ ਅਸ਼੍ਰੀ ਕਾਲ ਤੱਕ ਸਾਹਿਬ ਤੋਂ ਮर्याਦਾ ਜਿਹ ਜਿਹੜਾ ਹੈ ਉਹਨਾਂ ਗੁਰਦੁਆਰਾ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਅਪਰੂਵ ਕੀਤਾ ਜਾਵੇ ਤਾਂ ਕਿ ਜਿਹੜੇ ਹੋਰ ਵੀ ਜਿਹੜੇ ਨੌਜਵਾਨ ਪੰਜਾਬ ਦੇ ਆ ਫਿਰ ਬਾਹਰੋਂ ਦੇ ਨੌਜਵਾਨ ਉੱਥੇ ਨਮਸਤਕ ਹੋਣ ਜਾਂਦੇ ਨੇ ਉਹਨਾਂ ਨੂੰ ਵੀ ਉਸੇ ਮਰਿਆਦਾ ਨੂੰ ਜਿਹੜਾ ਹੈ ਮੰਨਣਾ ਪਵੇ ਕੈਮਰਾ ਪਰਸਨ ਅਮਿਤ ਦਿਨਾਲ ਸਾਹਿਦ ਮਿਰੂਲਾ ਲਿਵਿੰਗ ਇਟ ਇਨ ਨਿਊਜ਼ ਦਿੱਲੀ